ਕੀ ਵਿਸ਼ਾ ਕੀ ਸੀ? ਜਿਹੜੀ ਸਾਡੀ ਅੱਜ ਦੀ ਮੀਟਿੰਗ ਸੀ ਸਰ, ਇਹ ਸਾਡੀ ਮੰਥਲੀ ਮੀਟਿੰਗ ਸੀ। ਅਸੀਂ ਹਰ ਮਹੀਨੇ ਦੀ 15 ਤਰੀਕ ਨੂੰ ਇੱਕ ਮੀਟਿੰਗ ਕਾਲ ਕਰਦੇ ਹਾਂ, ਜਿਹਦੇ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲੈਕਟਰੋ ਹੋਮਿਓਪੈਥ ਡਾਕਟਰ ਸਾਡੇ ਕੋਲ ਆ ਕੇ ਇਕੱਤਰ ਹੁੰਦੇ ਆ, ਔਰ ਅਸੀਂ ਜਿਹੜੀ ਇਲੈਕਟਰੋ ਹੋਮਿਓਪੈਥੀ ਦੇ ਪ੍ਰਚਾਰ ਪ੍ਰਸਾਰ ਵਾਸਤੇ, ਉਹਦੀ ਡਿਵੈਲਪਮੈਂਟ ਵਾਸਤੇ ਅਸੀਂ ਸਾਰੇ ਵਿਚਾਰਾਂ ਕਰਦੇ ਹਾਂ, ਔਰ ਸਾਰੇ ਆਪਣੇ ਆਪਣੇ ਰਿਜ਼ਲਟ ਸ਼ੇਅਰ ਕਰਦੇ ਆ, ਔਰ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਦੇ ਸਕੀਏ ਔਰ ਸਸਤੀਆਂ ਸਿਹਤ ਸੇਵਾਵਾਂ ਦੇ ਸਕੀਏ, ਉਹਦੇ ਵਾਸਤੇ ਅਸੀਂ ਇਹ ਮੀਟਿੰਗ ਕਾਲ ਕਰਦੇ ਹਾਂ। ਔਰ ਅੱਜ ਸਾਡੇ ਕੋਲ ਜਿਹੜੀ 15 ਤਰੀਕ ਦੀ ਸਾਡੀ 6ਵੇਂ ਮਹੀਨੇ ਦੀ ਮੀਟਿੰਗ ਹੈ, ਇਹਦੇ ਵਿੱਚ ਤਕਰੀਬਨ ਸਾਰੇ ਪੰਜਾਬ ਤੋਂ ਹੀ 100 ਦੇ ਤਕਰੀਬ ਡਾਕਟਰ ਸਾਡੇ ਕੋਲ ਪਹੁੰਚੇ ਹੋਏ ਨੇ, ਜੋ ਆਪਣੇ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ, ਔਰ ਲੋਕਾਂ ਦਾ ਇਹਦੇ ਇਸ ਪੈਥੀ ਨਾਲ ਕਾਫੀ ਭਲਾ ਹੋ ਰਿਹਾ। ਕੀ ਸੰਦੇਸ਼ ਕੀ ਦਿੰਦੇ ਹੋ ਲੋਕਾਂ ਨੂੰ, ਕੀ ਕਹਿਣਾ ਜਿਹੜਾ? ਦੇਖੋ ਜੀ, ਸੰਦੇਸ਼ ਹੈ ਇਹਦੇ ਵਿੱਚ ਇਹ ਹੈ ਵੀ ਜਿਹੜੀ ਸਾਡੀ ਪੈਥੀ ਹੈ ਬਿਲਕੁਲ ਹਰਬਲ ਪੈਥੀ ਹੈ, ਇਸ ਦਾ ਕੋਈ ਸਰੀਰ ਦੇ ਉੱਪਰ ਬੁਰਾ ਪ੍ਰਭਾਵ ਨਹੀਂ ਹੁੰਦਾ, ਇਸ ਕਰਕੇ ਕਿਉਂਕਿ ਸਾਨੂੰ ਜਿਹੜੀਆਂ ਅੱਜ ਦੇ ਇਨਵਾਇਰਮੈਂਟ ਦੇ ਅਕੋਰਡਿੰਗ ਅਸੀਂ ਇਲੈਕਟਰੋ ਹੋਮਿਓਪੈਥੀ ਦਵਾਈ ਲੈਂਦੇ ਹਾਂ, ਤਾਂ ਇਹ ਬਹੁਤ ਨੈਚੁਰਲ ਤਰੀਕੇ ਨਾਲ ਸਾਡੇ ਅੰਦਰ ਜਾ ਕੇ ਕੰਮ ਕਰਦੀ ਹੈ, ਕੋਈ ਸਾਡੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ, ਔਰ ਕਈ ਸਾਰੀਆਂ ਜਿਹੜੀਆਂ ਲਾਇਲਾਜ ਬਿਮਾਰੀਆਂ ਤੋਂ ਸਾਨੂੰ ਬਚਾਉਂਦੀ ਹੈ, ਅਸੀਂ ਉਹਨਾਂ ਦਾ ਇਲਾਜ ਕਰ ਸਕਦੇ ਹਾਂ, ਔਰ ਬੜੇ ਥੋੜ੍ਹੇ ਪੈਸਿਆਂ ਨਾਲ ਅਸੀਂ ਗਰੀਬ ਬੰਦੇ ਦਾ ਵੀ ਇਲਾਜ ਕਰ ਸਕਦੇ ਹਾਂ, ਸਾਨੂੰ ਮਹਿੰਗੇ ਹੋਸਪਿਟਲਾਂ 'ਚ ਜਾ ਕੇ ਐਡਮਿਟ ਹੋਣ ਦੀ ਲੋੜ ਨਹੀਂ, ਕਈ ਤਰ੍ਹਾਂ ਦੇ ਓਪਰੇਸ਼ਨਾਂ ਤੋਂ ਅਸੀਂ ਬਚਿਆ ਜਾ ਸਕਦਾ। ਡਾਕਟਰ ਸਾਹਿਬ, ਅੱਜ ਮੀਟਿੰਗ ਕੀਤੀ ਗਈ, ਦਿਓ ਜਾਣਕਾਰੀ ਜਿਹੜੀ ਅੱਜ ਦੀ ਮੀਟਿੰਗ ਕੀ ਸੀ? ਮੈਂ ਡਾਕਟਰ ਜਗਤਾਰ ਸਿੰਘ ਸੇਖੋਂ, ਚੇਅਰਮੈਨ ਇਲੈਕਟਰੋ ਹੋਮਿਓਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਰਜਿਸਟਰਡ ਪੰਜਾਬ ਵੱਲੋਂ ਸਾਡੀ ਮਹੀਨਾਵਾਰ ਮੀਟਿੰਗ ਹੋਟਲ ਸਮਰਾਟ ਦੇ ਵਿੱਚ ਹੋਈ ਹੈ। ਇਸ ਮੀਟਿੰਗ ਦਾ ਸਾਡਾ ਮੇਨ ਏਜੰਡਾ ਸੀਗਾ ਕਿ ਲੋਕ ਮਹਿੰਗੇ ਇਲਾਜਾਂ ਤੋਂ ਹਟ ਕੇ ਸਸਤੇ ਇਲਾਜ ਪ੍ਰਣਾਲੀ ਇਲੈਕਟ੍ਰੋਮਿਓਪੈਥੀ ਦੇ ਨਾਲ ਜੋੜਨ, ਕਿਉਂਕਿ ਇਹੋ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹਦੇ ਵਿੱਚ ਲੱਖਾਂ ਰੁਪਈਏ ਲਾ ਕੇ ਵੀ ਜਿਹੜਾ ਹੈਗਾ ਮਰੀਜ਼ ਠੀਕ ਨਹੀਂ ਹੁੰਦਾ, ਜਿਵੇਂ ਕਿ ਲਿਵਰ ਦੇ ਰੋਗ, ਲਿਵਰ ਦੇ ਪੀਲੀਆ ਹੋ ਗਿਆ, ਲਿਵਰ ਸੋਰਾਇਸਿਸ ਹੋ ਗਿਆ, ਸਾਡੇ ਕੋਲ ਇਹੋ ਜਿਹੇ ਮਰੀਜ਼ ਹੈਗੇ ਜਿਹੜੇ ਲੱਖਾਂ ਰੁਪਈਆ ਲਾਉਣ ਤੋਂ ਬਾਅਦ ਸਾਡੇ ਕੋਲ ਆਏ ਔਰ ਥੋੜ੍ਹੇ ਸਮੇਂ ਦੇ ਵਿੱਚ ਥੋੜ੍ਹੇ ਜਿਹੇ ਪੈਸੇ ਲਗਾ ਕੇ ਉਹ ਮਰੀਜ਼ ਅੱਜ ਦੇ ਸਮੇਂ 'ਚ ਠੀਕ ਹੈ। ਸੋ ਸਾਡਾ ਮੇਨ ਮੋਟੋ ਹੀ ਇਹ ਹੈਗਾ ਵੀ ਇਹ ਇਲਾਜ ਪ੍ਰਣਾਲੀ ਲੋਕਾਂ ਦੇ ਵਿੱਚ ਪ੍ਰਚਲਿਤ ਹੋਵੇ ਅਤੇ ਲੋਕ ਇਹਨੂੰ ਵੱਧ ਤੋਂ ਵੱਧ ਅਪਣਾਉਣ। ਕਿੰਨੇ ਕੁ ਜਿਹੜੇ ਇਲਾਜ ਕਿੰਨੇ ਕੁ ਸਸਤੇ ਨੇ, ਲੋਕਾਂ ਨੂੰ ਕਿਸ ਤਰ੍ਹਾਂ ਇਹਦੇ ਵੱਲ ਪ੍ਰੇਰਿਤ ਕਰ ਰਹੇ? ਜੇ ਇਲਾਜ ਪ੍ਰਣਾਲੀ ਦੇ ਰੇਟ ਦੀ ਗੱਲ ਕਰੀਏ ਤਾਂ ਮਾਡਰਨ ਸਾਇੰਸ ਦੇ ਅਕੋਰਡਿੰਗ ਬਹੁਤ ਸਾਰੇ ਜਿਹੜੇ ਟੈਸਟਾਂ ਦੇ ਉੱਤੇ ਪੈਸਾ ਲੱਗਦਾ, ਅਤੇ ਸਾਡੇ ਇਲਾਜ ਪ੍ਰਣਾਲੀ ਦੇ ਵਿੱਚ ਅਸੀਂ ਸਾਡੇ ਜਿਹੜਾ ਚੈੱਕ ਕਰਨ ਦਾ ਤਕਨੀਕ ਜਿਹੜੀ ਹੈਗੀ ਉਹ ਟੈਂਪਰਾਮੈਂਟ ਸਥਿਰ ਹੈ ਔਰ ਉਹਦੇ ਨਾਲ ਖਰਚਾ ਨਹੀਂ ਹੁੰਦਾ। ਇੱਕ ਇਲਾਜ ਪ੍ਰਣਾਲੀ ਦੇ ਵਿੱਚ ਜਿਹੜਾ ਇਲਾਜ, ਜੇ ਹਫ਼ਤੇ ਦੀ ਗੱਲ ਕਰੀਏ ਤਾਂ 250-300 ਰੁਪਏ ਦੇ ਵਿੱਚ ਆਪਾਂ ਹਫ਼ਤੇ ਦੀ ਦਵਾਈ ਦੇ ਦਿੰਦੇ ਹਾਂ। ਦੂਜੇ ਪਾਸੇ ਜੇ ਟੈਸਟਾਂ ਦੀ ਗੱਲ ਕਰੀਏ ਤਾਂ ਟੈਸਟਾਂ ਦੇ ਵਿੱਚ 1000 ਰੁਪਏ ਜਿਹੜੇ ਹੈਗੇ ਆ ਸਿਰਫ ਲੱਗ ਜਾਂਦੇ ਆ। ਲੋਕਾਂ ਨੂੰ ਕੀ ਅਪੀਲ ਕਰਦੇ ਨੇ, ਕਿਸ ਤਰ੍ਹਾਂ ਦੇ ਨਾਲ? ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸਾਇੰਸ ਟੈਕਨੀਕ ਦੇ ਵਿੱਚ ਜਾ ਕੇ ਆਪਾਂ ਉਹਨਾਂ ਦੇ ਸਾਈਡ ਇਫੈਕਟਸ ਲੈ ਲੈਂਦੇ ਹਾਂ, ਪਰ ਜੇ ਉਹੀ ਆਪਾਂ ਇੱਕ ਕੁਦਰਤੀ ਇਲਾਜ ਪ੍ਰਣਾਲੀ ਦੇ ਵਿੱਚ ਜੁੜ ਗਏ ਤਾਂ ਉੱਥੋਂ ਆਪਾਂ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਔਰ ਆਪਾਂ ਰੋਗ ਨੂੰ ਠੀਕ ਕਰ ਲਾਂਗੇ, ਇਹਦੇ ਨਾਲ ਆਪਣਾ ਸਰੀਰ ਹੋਰ ਭਿਅੰਕਰ ਬਿਮਾਰੀਆਂ ਤੋਂ ਵੀ ਬਚ ਸਕਦਾ।